ਅੰਮ੍ਰਿਤਸਰ ਦੇ ਸਟੇਸ਼ਨ ਤੇ ਪਹੁੰਚ ਚੁੱਕੇ ਆ। ਆਪਣੇ ਨਾਲ ਹੋਰ ਵੀ ਗਰੁੱਪ ਹੈ, ਭਾਜੀ ਅੱਗ ਬਹੁਤ ਹੈ। ਚਲੋ ਵੀ ਮਿੱਤਰੋ, ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ S7 ਵਿੱਚ ਬਹਿ ਚੁੱਕੇ ਹਾਂ। ਉਹ ਛੋਟਾ ਭਾਈ ਆਪਣਾ ਗੱਲਾਂ ਪਤਾ ਕਰਦੇ ਅਤੇ ਆਪਣੀ ਪੂਰੀ ਫੌਜ ਨਾਲ ਆਪਾਂ ਜਾ ਰਹੇ ਹਾਂ। ਹਾਂਜੀ ਭਾਈ ਜੀ, ਕੀ ਫੀਲ ਕਰ ਰਹੇ ਹੋ? ਚਲੋ ਭਾਈ, ਟ੍ਰੇਨ ਚੱਲ ਪਈ ਆ ਅਤੇ ਹੁਣ ਆਪਾਂ ਤੁਰ ਚੁੱਕੇ ਹਾਂ। ਆਓ ਵੀ ਮਿੱਤਰੋ, ਸਮਾਨ ਸਾਰਾ ਸੈੱਟ ਕਰ ਲਿਆ ਵਾ। ਅਤੇ ਹੁਣ ਆਪਾਂ ਹਰਿਦੁਆਰ ਪਹੁੰਚ ਚੁੱਕੇ ਹਾਂ। ਰਾਤੀ ਫੋਨ ਦੀ ਬੈਟਰੀ ਲੋਅ ਹੋਣ ਕਰਕੇ ਆਪਾਂ ਕੋਈ ਵਲੌਗ ਦੀ ਸ਼ੁਰੂਆਤ ਨਹੀਂ ਕੀਤੀ ਅਤੇ ਹੁਣ ਆਪਾਂ ਪਹੁੰਚ ਚੁੱਕੇ ਹਰਿਦੁਆਰ। ਆਪਣੇ ਸਾਰੇ ਬੰਦੇ ਇਕੱਠੇ ਹੋ ਗਏ, ਆਪਣਾ ਪੂਰਾ ਗਰੁੱਪ ਹੈਗਾ ਵੱਡਾ, ਵੈਰੀ 50 ਬੰਦਿਆਂ ਦਾ ਗਰੁੱਪ ਹੋ ਗਏ। ਮੰਮੀ ਮੰਮੀ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਦੱਸੋ? ਅੱਗੇ ਪਿੱਲਰ ਜੇ ਹੋਈ ਆ, ਬਾਲ ਬਾਲ ਬਚ ਗਿਆ ਰੇ ਦੇਵਾ। ਆਪਾਂ ਹਰਿਦੁਆਰ ਦੇ ਗੁਰਦੁਆਰਾ ਸਾਹਿਬ ਰੁਕਾਂਗੇ, ਬੱਸ ਲੈ ਕੇ ਨਿਕਲੇਂਗੇ ਰਿਸ਼ੀਕੇਸ਼ ਕੋ। ਔਰ ਇਹ ਦੋ ਜਵਾਕ ਹੈ। ਵਾਹਿਗੁਰੂ ਧੰਨਵਾਦ ਸਾਹਿਬ, ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ। ਬਹੁਤ ਜ਼ਿਆਦਾ ਥੱਕੇ ਹੋਏ, ਟੁੱਟੇ ਭੱਜੇ ਪਹੁੰਚ ਚੁੱਕੇ ਹਾਂ ਆਪਣੇ ਹਾਲ। ਮੈਨੂੰ ਮੁਸ਼ਕਲ ਨਾਲ ਚਾਰਜਰ ਲੱਭ ਕੇ, ਇਹ ਆਪਣਾ ਫੋਨ ਚਾਰਜ ਲਾਏਗਾ, ਮੈਨੂੰ ਨਹੀਂ ਲੱਗਦਾ ਕਿ ਲੱਗੇਗਾ ਇਹਦਾ ਫੋਨ ਚਾਰਜ। ਓ ਵਾਓ, ਫੋਨ ਚਾਰਜ ਲੱਗ ਗਿਆ ਭਾਈ। ਹੁਣ ਪਰਨਾ ਬੰਨਣ ਦੀ ਕੋਸ਼ਿਸ਼ ਕਰਦੇ ਹੋਏ ਕੈਮਰੇ 'ਚ ਵੇਖਦੇ ਹੋਏ, ਇਹਨਾਂ ਨੂੰ ਮੈਂ ਦੱਸਿਆ ਵੀ ਕਿ ਉਹ ਸਾਹਮਣੇ ਸ਼ੀਸ਼ਾ ਹੈਗਾ, ਪਰ ਭਾਈ ਕਹਿੰਦੇ ਨਾ ਹੀ ਕੈਮਰੇ 'ਚ ਵੇਖ ਕੇ ਪਰਨਾ ਬੰਨਾ ਜੋ ਵਧੀਆ ਸੋਹਣਾ। ਲਓ ਵੀ ਮਿੱਤਰੋ, ਆਪਾਂ ਹਰਿਦੁਆਰ ਦੀਆਂ ਗਲੀਆਂ ਦੇ ਵਿੱਚ ਖੱਜਲ ਹੋ ਰਹੇ ਹਾਂ, ਥੋੜ੍ਹਾ ਜਿਹਾ ਤੁਰ ਫਿਰ ਕੇ ਆਵਾਂਗੇ। ਇਹ ਸਾਰੇ ਬੱਚੇ ਮੇਰੇ ਨਾਲ ਆ। ਉਹ ਬੱਲੇ ਚੋਮੂ ਪੁੱਤਰੇ। ਹਾਂਜੀ ਮਿੱਤਰੋ, ਆਪਾਂ ਸਾਰੇ ਬਹਿ ਗਏ ਹਾਂ ਅਤੇ ਸਾਰੀ ਸੰਗਤ ਵੀ ਰੈਡੀ ਹੋ ਚੁੱਕੀ ਹੈ। ਹੁਣ ਆਪਾਂ ਚੱਲਦੇ ਹਾਂ ਹਰਿਦੁਆਰ। ਚੱਲੇ ਹਾਂ ਇਸ਼ਨਾਨ ਕਰਨ। ਚੱਪਲਾਂ ਅਸੀਂ ਪਤਾ ਨਹੀਂ ਕਿਹਦੀਆਂ ਡਾਈਆਂ ਵਾ, ਮਤਲਬ ਫੋਰ ਸਮ ਟਾਈਮ ਆ ਗਿਆ ਤੇਰੇ ਹੱਥ ਮੇਂ। ਹਰਿਦੁਆਰ ਦੇ ਬਾਜ਼ਾਰ ਦੇ ਵਿੱਚ ਹੁਣ ਆਪਾਂ ਜਾ ਰਹੇ ਹਾਂ ਗੰਗਾ ਨਦੀ ਕੋਲ, ਅਤੇ ਗੰਗਾ ਨਦੀ ਜਾ ਕੇ ਇਸ਼ਨਾਨ ਕਰਾਂਗੇ ਹਰਿਦੁਆਰ। ਔਰ ਹਮ ਯਹਾਂ ਫੁੱਲ ਇੰਜੋਇਮੈਂਟ ਕਰ ਰਹੇ ਹੈਗੇ। ਯੇ ਹਮਾਰਾ ਹੈ ਹਿੰਦੀ ਦੋਸਤ। ਬਹੁਤ ਹੀ ਭਰਿਆ ਹੋਇਆ ਬਾਜ਼ਾਰ ਹੈ ਜੀ। ਮੈਂ ਨਾ ਇੱਥੇ ਚੂੜੀਆਂ ਚਾੜੀਆਂ ਸਾਰਾ ਕੁਛ ਮਿਲਦਾ ਵਾ। ਇਹ ਪਿਆ ਜੀ ਕੁਲਫਾ, ਵਾਹ ਜੀ ਵਾਹ। ਬਹੁਤ ਦੇਖੋ ਆਰਕੀਟੈਕਚਰ ਕਿੰਨਾ ਅੱਛਾ ਬਣਿਆ। ਲਓ ਵੀ ਮਿੱਤਰੋ, ਆਪਾਂ ਹੁਣ ਪਹੁੰਚ ਚੁੱਕੇ ਹਾਂ ਗੰਗਾ ਨਦੀ ਦੇ ਬਿਲਕੁਲ ਕਰੀਬ, ਅਤੇ ਇੱਥੇ ਸਾਰੀ ਆ ਗਊਸ਼ਾਲਾ ਵਾ। ਗਊਆਂ ਨੂੰ ਪਾਓ ਚਾਰਾ ਅਤੇ ਕਰੋ ਕੋਈ ਕਾਰਾ। ਪ੍ਰਸਿੱਧ ਲੰਬਾ ਸਮੋਸਾ ਫੋਰ ਯੂ। ਆਪਾਂ ਪਹੁੰਚ ਚੁੱਕੇ ਗੰਗਾ ਨਦੀ ਦੇ, ਅਤੇ ਫਿਰ ਕਰਾਂਗੇ ਗੰਗਾ ਨਦੀ 'ਚ ਇਸ਼ਨਾਨ, ਅਤੇ ਤੁਹਾਨੂੰ ਮਿਲਦੇ ਹਾਂ ਗੰਗਾ ਨਦੀ 'ਚ ਇਸ਼ਨਾਨ ਕਰਦੇ। ਲਓ ਵੀ ਮਿੱਤਰੋ, ਆਪਾਂ ਗੰਗਾ ਨਦੀ 'ਚ ਪਹੁੰਚ ਚੁੱਕੇ ਹਾਂ। ਇਹ ਨੇ ਉਹ ਹੀ ਜਿਹੜੇ ਸਿੱਕੇ ਕੱਢ ਦਿੰਦੇ ਆ।
ਲੋ ਬਾਈ ਆਪਾਂ ਜਾ ਰਹੇ ਹਾਂ ਹੁਣ ਆਪਾਂ ਜਾਵਾਂਗੇ ਤੇ ਚਪਲਾਂ ਚੁਪਲਾਂ ਆਪਾਂ ਲਾ ਕੇ ਚੱਲੇ ਹਾਂ ਬਾਹਰ ਹੀ। ਹਾਂਜੀ ਕੀ ਹੋ ਗਿਆ ਕਹਿੰਦੇ ਮੁੰਡਿਆਂ ਨੇ ਲੀੜਾ ਲੱਤਾ ਲਾ ਲਿਆ ਆਇਆ ਲੀੜਾ ਲੱਤਾ ਲਾ ਕੇ ਕੱਛੇ 'ਚ ਘੁੰਮਦਾ ਆਇਆ ਮੁੰਡਾ ਚਪਲਾਂ ਨੂੰ ਉੱਥੇ ਲਾਗੇ ਲਾਓ ਅਤੇ ਉੱਥੇ ਪਾ ਕੇ ਬਾਹਰ ਆਓ ਚਪਲਾਂ ਦਾ ਰੱਖੋ ਧਿਆਨ ਅਤੇ ਕਰੋ ਇਸ਼ਨਾਨ। ਚਲੋ ਹੁਣ ਆਪਾਂ ਲੈ ਕੇ ਜਾ ਰਹੇ ਮੁੰਡੇ ਨੂੰ ਨਾਲ ਕੋਈ ਤਾਂ ਸਾਥੀ ਹੋਵੇ ਆਪਣਾ ਅਤੇ ਜੇ ਆਪਾਂ ਚਲੋ ਆਓ ਕਰੀਏ ਇਸ਼ਨਾਨ ਗੰਗਾ ਨੇ ਲਗਾਏਗੇ ਡੁੱਬ ਬਸ ਹੱਥ ਫੜ ਕੇ ਰੱਖੀ ਸਤਨਾਮ ਸ੍ਰੀ ਵਾਹਿਗੁਰੂ। ਲਓ ਵੀ ਮਿੱਤਰੋ ਆਪਾਂ ਉਹ ਵੀ ਕਲਿੱਪਸ ਐਡ ਕਰ ਦਾਂਗੇ ਵਿੱਚ ਵੇਖੋ ਪੂਰੇ ਆਨੰਦ ਮਾਣ ਰਹੇ ਆ ਸੰਗਤ ਪੂਰੇ ਆਨੰਦ ਮਾਣ ਰਹੀ ਆ ਵੀ ਸਾਰੀ ਸੰਗਤ ਦਰਸ਼ਨ ਕਰੇ ਪਾਤਸ਼ਾਹ ਜੀ ਪਹਿਲੀ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ ਆਓ ਚੱਲੀਏ ਦਰਸ਼ਨ ਕਰੀਏ ਅਤੇ ਸੇਵਾ ਚੱਲ ਰਹੀ ਆ ਵੇਖੋ ਜੀ ਲੰਗਰ ਤਿਆਰ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਤਾ ਕਿਰਪਾ ਕਰੋ ਆਓ ਵੀ ਮਿੱਤਰੋ ਆਪਾਂ ਜਦੋਂ ਉੱਥੇ ਕਰ ਲਿਆ ਇਸ਼ਨਾਨ ਪਾਣੀ ਅਤੇ ਪਤਾ ਨਹੀਂ ਇੱਦਾਂ ਲੱਗ ਰਿਹਾ ਕਿ ਸਰੀਰ ਜਿੰਨਾ ਹੌਲਾ ਪੁੱਲ ਹੋ ਗਿਆ ਹੁੰਦਾ ਪੂਰਾ ਵਧੀਆ ਰਿਲੈਕਸ ਜਿਹਾ ਲੱਗਣ ਡਿਆ ਪੂਰਾ ਸਰੀਰ ਆਪਣਾ ਆਪਾਂ ਸਾਰੇ ਆਪਣੇ ਬੰਦੇ ਭਾਲੇ ਆ ਇਹਦੇ ਚਾਰਟ ਦੇ ਵਿੱਚ ਅਤੇ ਸਿੰਘ ਜ਼ਿਆਦਾ ਹੋਣ ਕਰਕੇ ਬਹਿ ਚੁੱਕੇ ਆ ਹਾਂਜੀ ਬਹਿ ਗਏ ਸਾਰੇ ਤੁਸੀਂ ਬਹਿ ਲਓ ਕਿਤੇ ਚਲੋ ਠੀਕ ਹੈ ਜੀ ਵਾਹਿਗੁਰੂ ਲਓ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਹੁਣ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਉਤਰ ਗਏ ਆਟੋ ਦੇ ਵਿੱਚੋਂ ਤੇ ਆਪਾਂ ਸਾਰੇ ਜਾਣੇ ਖਲੋ ਗਏ ਹਾਂ ਮਿੱਤਰੋ ਹੁਣ ਆਪਾਂ ਥੋੜ੍ਹਾ ਜਿਹਾ ਬਾਹਰ ਨਿਕਲੇ ਹਾਂ ਚਿਪਸ ਲੈ ਲਈਏ ਦੋ ਵੱਡੇ ਚਿਪਸ ਲੈ ਲਈਏ ਦੋ ਛੋਟੇ ਲੈ ਲਈਏ ਤੇ ਫਿਰ ਆਪਾਂ ਨਿਕਲਦੇ ਹਾਂ ਹੁਣ ਆਪਾਂ ਰੈਸਟ ਰੁਸਟ ਕਰਕੇ ਤੇ ਬਾਅਦ 'ਚ ਚਾਹ ਪੀਣਾ ਹੈ ਥੋੜ੍ਹਾ ਢਾਬੇ 'ਤੇ ਅਤੇ ਆਪਣਾ ਬੰਦਾ ਇੱਕ ਹੋਰ ਆ ਗਿਆ ਵਾ ਅਗਲਾ ਹਾਂਜੀ ਵੀ ਮੇਰੇ ਵੀਡੀਓ ਹੁਣ ਆਪਾਂ ਤੁਹਾਨੂੰ ਜਾ ਰਹੇ ਹਾਂ ਲਕਸ਼ਮਣ ਝੂਲੇ 'ਤੇ ਲੈ ਕੇ ਇੱਧਰ ਆ ਜਾ ਅਤੇ ਦਿਖਾਉਂਦੇ ਹਾਂ ਤੁਹਾਨੂੰ ਸਾਰਾ ਸੀਨ ਉੱਥੋਂ ਦਾ ਅਸੀਂ ਚਾਰ ਜਣੇ ਜਾ ਰਹੇ ਹਾਂ ਬਾਕੀ ਸਾਰੇ ਉੱਥੇ ਗੁਰਦੁਆਰਾ ਸਾਹਿਬ ਹੀ ਰੁਕ ਰੁਕ ਗਏ ਆ ਵੈਰੀ ਗੁੱਡ ਪਹੁੰਚ ਗਏ ਕਹਿੰਦੇ ਕਿੱਥੇ ਪਹੁੰਚ ਗਏ ਰਾਮ ਝੂਲੇ ਪਹੁੰਚ ਗਏ ਕਹਿੰਦੇ ਜੀ ਲੈਟ ਜਗਾ ਦਿੱਤੀ ਹੋਈ ਆ ਚਲੋ ਜੀ ਆ ਜਾਓ ਲੰਘ ਜੀ ਲੇਕਿਨ ਭੀੜ ਬਹੁਤ ਹੈ ਭੀੜ ਬਹੁਤ ਹੋਣੇ ਕੇ ਕਾਰਨ ਮੈਨੂੰ ਨੰਦ ਵੀ ਆ ਰਿਹਾ ਬਹੁਤ ਭੀੜ ਹੈ
ਲੇਕਿਨ ਚਲੋ ਵੀ ਮਿੱਤਰੋ ਆਪਾਂ ਲਕਸ਼ਮਣ ਝੂਲੇ ਦੇ ਨਜ਼ਾਰੇ ਲੈਣ ਦੇ ਪੂਰੇ ਚਿੱਤਰੇ ਘੜ ਬੰਨੀ ਫੋਟੋ ਫੋਟੋ ਛੱਡ ਆਪਾਂ ਭਾਈ ਮਜ਼ੇ ਕਰ ਰਹੇ ਹਾਂ ਪੂਰੇ ਚਿੱਲ ਕਰ ਰਹੇ ਹਾਂ ਅਸੀਂ ਬੜਾ ਮਜ਼ਾ ਆ ਰਿਹਾ ਥੋੜ੍ਹਾ ਥੋੜ੍ਹਾ ਹਿੱਲ ਰਿਹਾ ਵਾ ਨਾਲ ਨਾਲ ਬਹੁਤ ਮਜ਼ਾ ਆ ਰਿਹਾ ਵਾ ਦੇਖੋ ਯਹਾਂ ਤਾਂ ਅੰਗਰੇਜ਼ ਲੋਕ ਵੀ ਆਏ ਹੈ ਮੁੰਡੇ ਹੁਣ ਆਪਾਂ ਸੋਡਾ ਪੀਵਾਂਗੇ ਅਤੇ ਮੇਰੀ ਹਜੇ ਮੇਰਾ ਸੋਡਾ ਆ ਰਿਹਾ ਵਾ ਜੇ ਅਤੇ ਮੇਰੀ ਮੇਰੀ ਸ਼ਿਕੰਜ ਵੀ ਆ ਰਹੀ ਇਹਨਾਂ ਤਿੰਨਾਂ ਨੇ ਸੋਡਾ ਕਰਾਇਆ ਸੀ ਅਤੇ ਹੁਣ ਆਪਾਂ ਉਹ ਆ ਗਏ ਇੱਕ ਮਿੰਟ ਉਹ ਮੁੰਡੇ ਸੋਡਾ ਪੀ ਰਿਹਾ ਅੱਜ ਫਿਰ ਓਏ ਹੋਏ ਇਹ ਦੋਵੇਂ ਪੀਣ ਡੇ ਜੇ ਓਏ ਤੁਰੋ ਛੇਤੀ ਆਓ ਆਪਾਂ ਮਾੜੀ ਮਾੜੀ ਨਾਲ ਗੱਲ ਵੀ ਕਰਨ ਡੇ ਹਾਂ ਘਰੇ ਅਤੇ ਤਾਂ ਕਰਕੇ ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ The next day ਤੁਹਾਨੂੰ ਦਰਸ਼ਨ ਕਰਾਈਏ ਹੁਣ ਸਾਰੇ ਜਾਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਧੰਨ ਗੁਰੂ ਤਿਆਰੀ ਕਰ ਲਈ ਆ ਅਤੇ ਬਸ ਇਸ਼ਨਾਨ ਪਾਣ ਕਰਕੇ ਅਤੇ ਬੱਸ ਆਪਣੀ ਰੈਡੀ ਆ ਅਤੇ ਬੱਸ ਦੇ ਵਿੱਚ ਬਹਿੰਦੇ ਹਾਂ ਆਪਣਾ ਰੋਡ ਆ ਜਿਹੜਾ ਮੇਨ ਰੋਡ ਦਰਸ਼ਨ ਵੇਲੇ ਕਰਕੇ ਅਤੇ ਹੁਣ ਆਪਾਂ ਪਵਾਂਗੇ ਜੀ ਆਪਣੀ ਬੱਸ ਦੇ ਵਿੱਚ ਬਹਿੰਦੇ ਬਹਿੰਦੇ ਉਹ ਬੱਸਾਂ 'ਤੇ ਆ ਰਿਹਾ ਅਤੇ ਇਹ ਜਾ ਰਹੀਆਂ ਹੇਮਕੁੰਡ ਸਾਹਿਬ ਨੂੰ ਠੀਕ ਆ ਜੀ ਅਤੇ ਆਪਣੀਆਂ ਸੀਟਾਂ ਮੰਨ ਚੁੱਕੇ ਹਾਂ ਆਪਾਂ ਬੱਸ 'ਚ ਬਹਿ ਬੂ ਚੁੱਕੇ ਹਾਂ ਅਤੇ ਹੁਣ ਆਪਾਂ ਮੁੰਡਾ ਵੀ ਮਿੱਤਰੋ ਆਪਣੇ ਨਾਲ ਹੈਗਾ ਜੀ ਜੀ ਸਾਰੇ ਜਾਣੇ ਆਪਾਂ ਹੁਣ ਬੱਸ 'ਚ ਬਹਿ ਚੁੱਕੇ ਹਾਂ ਹੁਣ ਆਪਾਂ ਚਾਲਾਂ ਮਾਰਨ ਲੱਗੇ ਇੱਥੋਂ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਲੈ ਕੇ ਅਤੇ ਹੁਣ ਆਪਾਂ ਕੁਛ ਖਾਵਾਂ ਪੀਵਾਂਗੇ ਖਾਂਦੇ ਪੀਂਦੇ ਆਪਾਂ ਨੂੰ ਦਿਖਿਆ ਲੰਗਰ ਅਤੇ ਆਪਾਂ ਲੰਗਰ 'ਤੇ ਖਲੋ ਚੁੱਕੇ ਹਾਂ ਹੁਣ ਅਤੇ ਵੇਖੋ ਲਾਈਨ ਬਹੁਤ ਜ਼ਿਆਦਾ ਲੰਬੀ ਆ ਪਰ ਆਪਾਂ ਫਿਰ ਵੀ ਕੋਈ ਨਾ ਕੋਈ ਜੁਗਾੜ ਲਾ ਕੇ ਅਤੇ ਲਾਈਨ ਨੂੰ ਤੋੜਦੇ ਆਇਆ ਤਾਂ ਵੀ ਛਕਾਂਗੇ ਆਪਾਂ ਵੇਖੋ ਜੀ ਵੇਖੋ ਸਾਰੇ ਜਣੇ ਹਾਂਜੀ ਭਾਈ ਤੁਹਾਨੂੰ ਲਾਈਨ 'ਚ ਲੱਗ ਗਿਆ ਕਿਹੋ ਜਿਹਾ ਫੀਲ ਹੋਣ ਡਿਆ ਆਪਾਂ ਕੜੀ ਚੌਲ ਛਕਾਂਗੇ ਇਹਨਾਂ ਨੇ ਕੜੀ ਚੌਲ ਖਾਣੇ ਆ ਆਪਾਂ ਲਾਈਨ ਤੋੜ ਲਈ ਆ ਆਪਾਂ ਵਿੱਚ ਆ ਗਏ ਕੜੀ ਚੌਲ ਚਾਹ ਆਪਾਂ ਨੂੰ ਮਿਲ ਚੁੱਕੇ ਆ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਦਮਦਮਾ ਸਾਹਿਬ ਅਤੇ ਥੋੜ੍ਹੀ ਦੇਰ ਰੁਕਾਂਗੇ ਨਾਲ ਪ੍ਰਸ਼ਾਦਾ ਪਾਣੀ ਛਕਾਂਗੇ ਅਤੇ ਬੰਦੇ ਆਪਣੇ ਬਾਹਰ ਨਹੀਂ ਆਉਣ ਡੇ ਜੇ ਆਉਣ ਡੇ ਹੌਲੀ ਹੌਲੀ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਵਾ ਥੋੜ੍ਹੀ ਦੇਰ ਰੈਸਟ ਕਰ ਲਈ ਆ ਅਤੇ ਹੁਣ ਆਪਾਂ ਚੱਲਦੇ ਅੱਗੇ ਨੂੰ ਚਾਲਾ ਪਾਉਂਦੇ ਹਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ One minute, 37 seconds later.
ਹਾਂਜੀ ਭਾਈ ਤੁਸੀਂ ਜਿਹੜੇ ਚਾਰਜਰ ਪਾ ਕੇ ਤੇ ਫਿਰ ਦੂਜਾ ਚਾਰਜਰ ਲੱਭਣ ਗਏ ਭਾਈ ਹੈਣ ਤੇ ਵੇਖੋ ਭਾਈ ਕੀ ਹੋਇਆ ਕੀ ਤੁਹਾਨੂੰ ਭਾਈ ਫੋਨ ਤੇ ਲੈ ਜਾਓ ਚਾਰਜ ਕਰਦੇ ਲਾਉਣਾ ਜੀ ਭਾਈ ਇੱਧਰ ਜੇ ਚਾਰਜਰ ਮਿੱਤਰੋ ਕੁਛ ਲੈ ਕੇ ਆਇਆ ਵਾ ਬੰਦਾ ਬਹੁਤ ਵੀ ਮਿੱਤਰੋ ਨਗਾਠਾ ਖਾ ਰਹੇ ਆਪਾਂ ਬੈਠੋ 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 ਬਾਈਓ ਬੈਠੋ ਗੱਡੀ ਚੱਲ ਵੀ ਬਹਿ ਜਾਓ ਜੀ ਹਾਂਜੀ ਮਿੱਤਰੋ ਆਪਾਂ ਹੁਣ ਪਹੁੰਚ ਚੁੱਕੇ ਹਾਂ ਪਹਾੜੀਆਂ ਦੇ ਵਿੱਚ ਦੇਖੋ ਕੀ ਹੈ ਪਹਾੜੀਆਂ ਵਾ ਮਿੱਤਰ ਆਪਾਂ ਨੂੰ ਫਿਰ ਤੋਂ ਇੱਕ ਨਵੇਂ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਹਾਂਜੀ ਵੀ ਵਾਹਿਗੁਰੂ ਸਾਰੇ ਆਪਾਂ ਪਹੁੰਚ ਚੁੱਕੇ ਹਾਂ ਗੋਬਿੰਦ ਘਾਟ ਤੇ ਆਪਾਂ ਸਮਾਨ ਸਮੂਨ ਕੱਢ ਲਿਆ ਬੱਸ ਤੋਂ ਬੱਸ 'ਚ ਆ ਚੁੱਕੀ ਆ ਅਤੇ ਹੁਣ ਆਪਾਂ ਸਮਾਨ ਰੱਖੀਏ ਅਤੇ ਕਮਰਾ ਕੁਮਰਾ ਲਈਏ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਮਿੱਤਰੋ ਹਵਾ ਬਹੁਤ ਸੋਹਣੀ ਚੱਲਦੀ ਹੈ ਇੰਨਾ ਮੌਸਮ ਵੀ ਬਹੁਤ ਵਧੀਆ ਵਾ ਸਾਰੀ ਸੰਗਤ ਆ ਰਹੀ ਹੈ ਆਪਾਂ ਜਾ ਰਹੇ ਹਾਂ ਥੱਲੇ ਨੂੰ ਪੂਰਾ ਤੁਰ ਕੇ ਜਾਣਾ ਪੈਣ ਡਿਆ ਵਾ ਹੁਣ ਪੂਰੀ ਹਾਲਤ ਪੂਰੀ ਹੋ ਚੁੱਕੀ ਆ ਅਤੇ ਥੱਲੇ ਜਾ ਕੇ ਤੁਹਾਨੂੰ ਮਿਲਦੇ ਹਾਂ ਫਿਰ ਵਲੌਗ ਕੰਟੀਨਿਊ ਕਰਾਂਗੇ ਇਸ ਟਾਈਮ 'ਤੇ ਦੋ ਬੈਗ ਆ ਹਾਲਤ ਪੂਰੇ ਹੋ ਚੁੱਕੀ ਸੰਤੋ ਆਪਾਂ ਪਹੁੰਚ ਚੁੱਕੇ ਹਾਂ ਗੋਬਿੰਦ ਘਾਟ ਅਤੇ ਅੰਦਰ ਵੀ ਦਰਸ਼ਨ ਕਰਾਉਂਦੇ ਹਾਂ ਹਾਲੇ ਸੰਗਤ ਬਹੁਤ ਹੈ ਪਹਿਲਾਂ ਆਪਾਂ ਉੱਥੇ ਮੇਲਾ ਦੇਖ ਲਈਏ ਲਓ ਮਿੱਤਰੋ ਜੋੜੇ ਲਾ ਲਈਏ ਅਤੇ ਪ੍ਰਸ਼ਾਦਾ ਛਕੀਏ ਤਾਂ ਇੱਥੇ ਜੋੜਾ ਜਮ੍ਹਾਂ ਕਰਾਉਂਦੇ ਪਹਿਲਾਂ ਆ ਜਾਓ ਫੜ ਲਓ ਜੋੜੇ ਲਓ ਮਿੱਤਰੋ ਛਕ ਲਈਏ ਪ੍ਰਸ਼ਾਦਾ ਭਾਈ ਤੇ ਨਹਾਉਣ ਗਏ ਸੀ
ਤੇ ਜੈਕਟ ਪਾ ਕੇ ਆ ਗਏ ਭਾਈ ਨੂੰ ਠੰਡ ਲੱਗੀ ਤੇ ਭਾਈ ਹੁਣੀ ਜੈਕਟ ਪਾ ਕੇ ਆ ਗਏ ਨਹਾਉਣ ਗਏ ਮਿੱਤਰੋ ਮੁੰਡੇ ਖਾਣ ਲੱਗੇ ਮੋਮੋਸ